ਸੰਗਤ ਨੂੰ ਇਹ ਸਿਨੇਮਰ ਬੇਨਤੀ ਹੈ ਦੇਖੋ ਸਿੱਖ ਜਗਤ ਦੇ ਅੰਦਰ ਤਕਰੀਬਨ 99 ਫੀਸਦੀ ਜਿਹੜੇ ਸਾਡੇ ਗੁਰਪਾਈ ਨੇ ਨਾ ਉਹ ਕਿਸਾਨੀ ਕਰਦੇ ਨੇ ਖੇਤੀ ਕਰਦੇ ਨੇ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਤੇ ਕਿਸਾਨਾਂ ਤੇ ਹੁਣ ਵਿਵਤਾ ਦਾ ਸਮਾਂ ਹੈ ਭਾਰਤ ਵਰਸ਼ ਦੇ ਅੰਦਰ ਹੀ ਕਹਿਣ ਨੂੰ ਇਹ ਦੇਸ਼ ਡੈਮੋਕ੍ਰੈਟਿਕ ਕੰਟਰੀ ਹੈ ਲੋਕਤੰਤਰ ਹੈ ਇਥੇ ਪਰ ਡੈਮੋਕ੍ਰੇਸੀ ਕੀ ਹੁੰਦੀ ਫੋਰ ਦਾ ਪੀਪਲ ਬਾਏ ਦਾ ਪੀਪਲ ਲੋਕ ਸਰਕਾਰ ਬਣਾਉਂਦੇ ਨੇ ਕਾਦੇ ਲਈ ਸਾਡੇ ਹਿੱਤ ਦੇ ਕਾਰਜ ਸਰਕਾਰ ਕਰੇਗੀ ਇਸੇ ਲਈ ਬਣਾਉਂਦੇ ਨੇ ਨਾ ਅੱਛਾ ਹੁਣ ਸਰਕਾਰ ਨੂੰ ਲੋਕਾਂ ਨੇ ਖੜਿਆ ਕਰ ਦਿੱਤਾ ਸਰਕਾਰ ਨੇ ਭਲਾ ਕਰਨਾ ਹੈ ਲੋਕਾਈ ਦਾ ਉਹਨਾਂ ਕੁਝ ਕਾਨੂੰਨ ਬਣਾਏ ਉਹ ਹੁਣ ਲੋਕਾਈ ਕਹਿ ਰਹੀ ਹੈ ਵੀ ਇਹ ਕਾਨੂੰਨ ਸਾਡੇ ਗਲ ਦਾ ਫੰਦਾ ਬਣ ਰਹੇ ਨੇ ਤੇ ਤੁਸੀਂ ਲੋਕਾਂ ਦੇ ਸਾਜੇ ਨਵਾਜੇ ਹੋ ਜੇ ਲੋਕਾਂ ਨੂੰ ਨਹੀਂ ਕਾਨੂੰਨ ਪਾਉਂਦੇ ਤੇ ਕੈਂਸਲ ਕਰ ਦਿਓ ਕਾਨੂੰਨ ਕੱਟ ਦਿਓ ਵਾੜ ਦਿਓ ਸੁੱਟ ਦਿਓ ਸੰਘਰਸ਼ੀਲ ਜਥੇਬੰਦੀਆਂ ਨੂੰ ਬਿਠਾ ਕੇ ਤੁਸੀਂ ਕਾਨੂੰਨ ਹੋਰ ਬਣਾ ਲਵੋ ਜਿਹੜੇ ਕਿਸਾਨਾਂ ਨੂੰ ਪਾਉਂਦੇ ਨੇ ਇਸ ਗੱਲ ਦਾ ਖਿਆਲ ਰੱਖਿਓ ਪਰ ਇਹ ਤਖਤ ਦਾ ਨਸ਼ਾ ਐਸਾ ਹੈ ਨਾ ਇਹਦੇ ਤੇ ਜਦੋਂ ਬੰਦਾ ਬਹਿ ਜਾਵੇ ਤੇ ਆ ਸਭ ਕੀੜੇ ਮਕੌੜੇ ਹੀ ਜਾਪ ਦੇ ਨੇ ਤੇ ਜਦੋਂ ਤਖਤ ਕੋਲ ਨਹੀਂ ਹੁੰਦਾ ਤਾਂ ਫਿਰ ਹੱਥ ਜੋੜਦਾ ਹੈ ਪਰ ਕੁਦਰਤ ਦਾ ਵਰਤਾਰਾ ਕਈ ਵਾਰ ਐਸਾ ਵਰਤ ਜਾਂਦਾ ਹੈ ਇੱਥੇ ਬੜੇ ਬੜੇ ਤਖਤਾਂ ਦੇ ਮਾਲਕ ਔਰੰਗਜ਼ੇਬ ਵਰਗੇ ਵੀ ਮਿੱਟੀ ਹੋ ਗਏ ਯਾਦ ਰਾਜਾ ਰਣਜੀਤ ਸਿੰਘ ਵਰਗੇ ਰਹੇ ਜਿਨ੍ਹਾਂ ਨੇ ਪਰਜਾ ਦਾ ਭਲਾ ਕੀਤਾ ਹੈ ਜਿਨ੍ਹਾਂ ਪਰਜਾ ਦਾ ਗਲ ਘੁੱਟਿਆ ਉਹਨਾਂ ਨੂੰ ਲਾਹਨਤਾਂ ਹੀ ਨੇ ਅੱਜ ਵੀ ਤੇ ਅੱਗੇ ਵੀ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਇਸ ਲਈ ਬੇਨਤੀ ਕਰਦਾ ਸਿੱਖੀ ਦਾ ਇੱਕ ਸਿਧਾਂਤ ਹੈ ਘਾਲ ਖਾਏ ਕਿਸ ਹੱਥੋਂ ਦੇਹ ਨਾਨਕ ਰਹਾ ਪਛਾਣਐ ਸੇ ਕਾਲ ਕਾਲਣੀ ਕਿਰਤ ਕਰਨੀ ਖੇਤੀ ਕਰਨੀ ਮੁਸ਼ਕਤ ਕਾਲਣੀ ਕਹਿੰਦੇ ਤੂੰ ਮੁਸ਼ਕਤ ਘਾਲ ਤੂੰ ਭੁੱਖਾ ਨਾ ਰਵੇਂ ਕਿਤੇ ਆਂਦਰਾਂ ਸ਼ਰਾਪ ਨਾ ਦੇਣ ਵੀ ਰੱਬਾ ਕਿਹੜੇ ਵਿਜੂਦ ਨਾਲ ਲਾਤਾਈਏ ਤੇ ਕੁਝ ਖਵਾਉਂਦਾ ਪਿਉਂਦਾ ਹੀ ਨਹੀਂ ਹੈ ਨਾਲ ਲੰਗਰ ਦੀ ਪ੍ਰਥਾ ਚਲਾ ਦਿੱਤੀ ਸਾਡੇ ਬਾਪੂ ਨਾਨਕ ਨਿਰੰਕਾਰ ਹੀ ਨੇ ਵੀ ਜੇ ਤੇਰੇ ਕੋਲ 20 ਰੁਪਏ ਹੈ ਨਾ ਰੱਜ ਕੇ ਖਾਣ ਨੂੰ ਹੈ ਕਿਰਤ ਕਰਦਾ ਹੈ ਤੇ ਤੇਰੇ ird gird ਵੀ ਕੋਈ ਭੁੱਖਾ ਨਾ ਸੋਵੇ ਉਹਨੂੰ ਲੰਗਰ ਕਹਿੰਦੇ ਨੇ ਉਹਨੂੰ ਸ਼ਕਾ ਤੇ ਲੰਗਰ ਦੀ ਪ੍ਰਥਾ ਵਿੱਚ ਸਭ ਤੋਂ ਵੱਡਾ ਯੋਗਦਾਨ ਆਪਾਂ ਜਾਣਦੇ ਆ ਕਿਸਾਨਾਂ ਦਾ ਆਉਂਦਾ ਹੈ ਉਹਨਾਂ ਦਾ ਸਾਥ ਪਤਾ ਕਿਉਂ ਦੇਣਾ ਚਾਹੀਦਾ ਹੈ ਸਭ ਲੋਕਾਂ ਨੂੰ ਕੋਈ ਵੀ ਤੁਹਾਡੀ ਫੀਲਡ ਹੈ ਤੁਸੀਂ ਕਾਰੋਬਾਰੀ ਹੋ ਦੁਕਾਨਦਾਰੀ ਕਰਦੇ ਹੋ ਬਿਜ਼ਨਸਮੈਨ ਹੋ ਤੁਹਾਡੇ ਕੋਲ ਚਾਹੇ ਪੈਸਾ ਜਿੰਨਾ ਮਰਜ਼ੀ ਹੋਵੇ ਪਰ ਮੇਰੀ ਇੱਕ ਗੱਲ ਦਾ ਜਵਾਬ ਦਿਓ ਦੋ ਟਾਈਮ ਰੋਟੀ ਖਾਂਦੇ ਜੇ ਕਿ ਪੈਸਿਆਂ ਨੂੰ ਹੀ ਦੰਦियां ਵੱਢ ਦੇ ਜੇ ਤੇ ਪੈਸੇ ਖਾ ਕੇ ਗੁਜ਼ਾਰਾ ਕਰ ਸਕਦੇ ਜੇ ਤੇ ਨਾ ਸਾਥ ਦੇਣਾ ਤੇ ਜੇ ਰੋਟੀ ਖਾ ਕੇ ਹੀ ਗੁਜ਼ਾਰਾ ਚੱਲਦਾ ਹੈ ਤੇ ਜੇ ਕਿਸਾਨ ਖੇਤਾਂ ਵਿੱਚ ਹਲ ਵਹਾਉਂਦੇ ਨੇ ਤੇ ਫਿਰ ਹੀ ਤੁਹਾਡੀ ਥਾਲੀ ਦੇ ਵਿੱਚ ਭੋਜਨ ਤੁਹਾਨੂੰ ਨਸੀਬ ਹੁੰਦਾ ਹੈ ਜੇ ਉਹਨਾਂ ਖੇਤ ਛੱਡ ਦਿੱਤੇ ਤੇ ਫਿਰ ਨੋਟ ਖਾ ਕੇ ਤੇ ਗੁਜ਼ਾਰਾ ਹੋਣਾ ਨਹੀਂ ਤੁਹਾਡਾ ਕਿਸਾਨ ਹੀ ਤੁਹਾਨੂੰ ਅੰਨ ਦਿੰਦੇ ਨੇ ਤੁਹਾਡੀਆਂ ਥਾਲੀਆਂ ਵਿੱਚ ਅੰਨ ਪਰੋਸਦੇ ਨੇ ਤੇ ਕਿਸਾਨਾਂ ਦਾ ਗਰੀਬਾਨ ਦੁਬਾਰ ਰਹੀ ਹੈ ਭਾਰਤ ਵਰਸ਼ ਦੀ ਹਕੂਮਤ ਅੱਛਾ ਹੋਰਾਂ ਸਟੇਟਾਂ ਵਿੱਚ ਵੀ ਨਾ ਇਹ ਕਾਨੂੰਨ ਲਾਗੂ ਸੀ ਕਿਸਾਨਾਂ ਸੰਘਰਸ਼ ਕੀਤਾ ਪਰ ਸਰਕਾਰ ਨੇ ਨਾਪ ਲਈ ਇਹ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਸਿੱਖ ਨੇ ਨਾ 99% ਦੀ ਕਿਸਾਨ ਨੇ ਇਹ ਨਹੀਂ ਨੱਪੇ ਜਾ ਸਕਦੇ ਕਿਉਂ ਸਤਗੁਰ ਮੇਰਾ ਤਾਣ ਨਿਤਾਣ ਕਿਉਂਕਿ ਖੁਦ ਖੁਦਾ ਗੁਰੂ ਗੋਬਿੰਦ ਇਹਨਾਂ ਨੂੰ ਤਾਣ ਬਖਸ਼ਦਾ ਹੈ ਤੇ ਭੀਖੇ ਮੰਗ ਨਹੀਂ ਰਹੇ ਹੱਕ ਮੰਗ ਰਹੇ ਨੇ ਤੁਸੀਂ ਜਿੰਨੇ ਵੀ ਦੁਕਾਨਦਾਰ ਹੋ ਆਪਣੀ ਮਰਜ਼ੀ ਨਾਲ ਸਾਮਾਨ ਵੇਚਦੇ ਹੋ ਆਪਣੀ ਮਰਜ਼ੀ ਨਾਲ ਮੁੱਲ ਤੈਅ ਕਰਦੇ ਹੋ ਇੱਕ ਕਿਸਾਨ ਹੀ ਹੈ ਜਿਹਦੀ ਫਸਲ ਦਾ ਮੁੱਲ ਸਰਕਾਰ ਤੈਅ ਕਰਦੀ ਹੈ ਆ ਤੁਹਾਨੂੰ ਛੋਟੀ ਜੀ ਉਦਾਹਰਣ ਦੇ ਦਵਾਂ ਮੱਕੀ ਹੈ ਨਾ ਮਕਈ ਸਰਕਾਰ ਇਹਦਾ 1800 ਮੁੱਲ ਬੰਦੀ ਹੈ ਇਹ ਆ ਜਿਹੜੇ ਕਾਰਪੋਰੇਟ ਘਰਾਣੇ ਨੇ ਅਮੀਰ ਲੋਕ ਇਹ 8-900 ਨੂੰ ਕੁਇੰਟਲ ਖਰੀਦੀ ਜਾਂਦੇ ਨੇ ਤੇ ਜਦੋਂ ਇਹਨਾਂ ਦੇ ਸਟੋਰਾਂ ਵਿੱਚ ਕਿਤੇ ਛੱਲੀਆਂ ਖਰੀਦਣ ਜਾਓ ਤੇ ਉਹ ਇੱਕ ਛੋਟੀ ਜੀ ਛੱਲੀ ਜਿਹਦਾ 2-3 ਰੁਪਏ ਮੁੱਲ ਹੈ 50 ਰੁਪਏ ਦੀ ਪੈਕ ਕਰਕੇ ਵੇਚਣਗੇ। ਉਹ ਕਮ ਸੇ ਕਮ ਤੁਸੀਂ ਅੱਧਾ ਮੁੱਲ ਤੇ ਕਿਸਾਨਾਂ ਨੂੰ ਦੇ ਦਿਓ ਆ ਆ ਬਾਸਮਤੀ ਦੇ ਜਿਹੜੇ ਚੌਲ ਨੇ ਨਾ ਇਹ ਕਵੰਟਲ 2500-3000 ਨੂੰ ਸਰਕਾਰ ਇਹਨਾਂ ਵਿਚਾਰੇ ਕਿਸਾਨਾਂ ਕੋਲ ਚੁੱਕਦੀ ਹੈ ਤੇ ਪਾਲਿਸ਼ ਕਰ ਕਰਕੇ ਵੱਡੇ ਘਰਾਣੇ 100-100 ਰੁਪਏ ਨੂੰ ਕਿਲੋ 10000 ਨੂੰ ਕਵੰਟਲ ਵੇਚ ਹੀ ਜਾਂਦੇ ਉਹ ਅੱਧਾ ਮੁੱਲ ਵੀ ਨਹੀਂ ਦਿੰਦੇ ਕਿਸਾਨਾਂ ਨੂੰ ਜੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਤੇ ਉਹ ਗੁਰੂ ਨਾਨਕ ਨਰੰਗਕਾਰੀ ਦੇ ਲਖਤੇ ਜਿਗਰ ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮਰਾਨਾਂ ਤੋਂ ਪੈਲੀਆਂ ਖੋਹ ਕੇ ਕਿਸਾਨਾਂ ਨੂੰ ਦਵਾਈਆਂ ਸਨ ਤੇ ਅੱਜ ਦੇ ਹੁਕਮਰਾਨ ਫਿਰ ਕਿਸਾਨਾਂ ਦੇ ਕੋਲੋਂ ਪੈਲੀਆਂ ਖੋਹ ਕੇ ਨਾ ਪੂੰਜੀਪਤੀਆਂ ਨੂੰ ਦੇ ਰਹੇ ਨੇ ਸੋ ਭਾਰਤ ਵਰਸ਼ ਦੇ ਦੁਨੀਆ ਦੇ ਹਰ ਇੱਕ ਇਨਸਾਨ ਦਾ ਇਨਸਾਨੀਅਤ ਦੇ ਤੌਰ ਤੇ ਫਰਜ਼ ਹੈ ਕਿਸਾਨਾਂ ਦਾ ਸਾਥ ਦੇਣਾ ਦਿੱਲੀ ਵਿੱਚ ਬੈਠੇ ਨੇ ਤੇ ਚੜ੍ਹਦੀ ਕਲਾ ਦੇ ਨਾਲ ਹੀ ਬੈਠੇ ਨੇ ਕੋਈ ਟੈਂਦੀ ਕਲਾ ਦੀਆਂ ਉੱਥੇ ਬਾਤਾਂ ਨਹੀਂ ਨਾਲੇ ਆਪਣੇ ਵੱਡੇ ਵਡੇਰਿਆਂ ਦਾ ਇਤਿਹਾਸ ਰਿਆ ਹੈ ਕਿਹੜੀ ਗੱਲ ਹੈ 17 ਵਾਰ ਬਾਬਾ ਬਘੇਲ ਸਿੰਘ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ RAM ਗੜੀਏ ਹੋਣਾ ਦਿੱਲੀ ਜਿੱਤੀ ਹੋਈ ਹੈ ਤੇ ਅੱਜ ਵੀ ਜੇ 2.5 300 ਸਾਲ ਤੋਂ ਬਾਅਦ ਅਗਰ ਦਿੱਲੀ ਦੇ ਰਸਤੇ ਕਿਸੇ ਨੇ ਬੰਦ ਕੀਤੇ ਨੇ ਤੇ ਉਹ ਸਿੰਘਾਂ ਨਹੀਂ ਬੰਦ ਕੀਤੇ ਨੇ ਜਾ ਕੇ ਵੇਖ ਲਓ ਸੋ ਵੱਧ ਚੜ ਕੇ ਕਿਸਾਨਾਂ ਦਾ ਸਾਥ ਦੇਈਏ ਦਾਸ ਦੀ ਇਹੀ ਬੇਨਤੀ ਹੈ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹਾਂ